ਸਤਿ ਸ਼੍ਰੀ ਅਕਾਲ। ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ। ਕੰਗਣਾ ਰਣੌਤ ਦੇ ਖੇਤੀ ਕਾਨੂੰਨਾਂ ਉੱਤੇ ਵਿਵਾਦਿਤ ਬਿਆਨ ਉੱਤੇ ਬੋਲੇ ਰਾਹੁਲ ਗਾਂਧੀ, ਕਿਹਾ ਬੀਜੇਪੀ ਵਾਲੇ ਕਰ ਰਹੇ ਆਈਡੀਆ ਟੈਸਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗਿਆ ਜਵਾਬ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ NHAI ਨੂੰ ਪਾਇਲਟ ਪ੍ਰੋਜੈਕਟਾਂ ਲਈ ਲੋੜੀਂਦੀ ਜ਼ਮੀਨ ਦਾ ਕਬਜ਼ਾ ਯਕੀਨੀ ਬਣਾਉਣ ਦੇ ਦਿੱਤੇ ਹੁਕਮ। ਤਪਾ ਮੰਡੀ ਦੇ ਬੱਸ ਸਟੈਂਡ ਉੱਤੇ ਫਰੂਟ ਵਿਕਰੇਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਨੌਜਵਾਨਾਂ ਨਾਲ ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ। ਪੰਜਾਬ ਵਿੱਚ ਤੇਜ਼ ਹੋਇਆ ਪਰਾਲੀ ਸਾੜਨ ਦਾ ਸਿਲਸਿਲਾ, ਪਿਛਲੇ ਸਾਲ ਦੇ ਮੁਕਾਬਲੇ 12 ਗੁਣਾ ਵਧੇ ਮਾਮਲੇ। ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਲਵਾਰਸ ਮਹਿਲਾ ਹਵਾਲਾਤੀ ਦੀ ਹੋਈ ਮੌਤ, ਕੁਝ ਸਮੇਂ ਤੋਂ ਚੱਲ ਰਹੀ ਸੀ ਬਿਮਾਰ। ਕਸਬਾ ਕਾਨੂੰਵਾਲ ਵਿੱਚ ਪੁੱਤਰਾਂ ਨੇ 85 ਸਾਲਾ ਬਜ਼ੁਰਗ ਮਹਿਲਾ ਨੂੰ ਕੱਢਿਆ ਘਰ ਤੋਂ ਬਾਹਰ, 4 ਦਿਨ ਘਰ ਤੋਂ ਬਾਹਰ ਗਲੀ ਵਿੱਚ ਕੀਤਾ ਗੁਜ਼ਾਰਾ, ਪੁਲਿਸ ਨੇ ਮਹਿਲਾ ਨੂੰ ਵਾਪਸ ਭਿਜਵਾਇਆ ਘਰ। ਪੋਤੀ ਨਾਲ ਛੇੜਛਾੜ ਦਾ ਵਿਰੋਧ ਕਰਨ ਉੱਤੇ ਨੰਬਰਦਾਰ ਦਾ ਕਤਲ, ਅੰਮ੍ਰਿਤਸਰ ਦੇ ਸਰਹਾਲੀ ਕਲਾਂ ਦੇ ਵਸਨੀਕ ਭਗਵੰਤ ਸਿੰਘ ਦੇ ਮਾਰੀਆਂ ਗੋਲੀਆਂ। ਨਵੀਂ ਕਾਰ ਤੇ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਸੜਕ ਹਾਦਸਾ। ਅੰਮ੍ਰਿਤਸਰ ਝਵਾਰ ਰੋਡ ਤੇ ਸੂਏ ਵਿੱਚ ਡਿੱਗੀ ਕਾਰ, ਜਾਨੀ ਨੁਕਸਾਨ ਤੋਂ ਰਿਹਾ ਬਚਾ। ਚੰਡੀਗੜ੍ਹ ਸਣੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼, ਪੱਕੀ ਫਸਲ ਤੇ ਮੀਂਹ ਪੈਣ ਕਾਰਨ ਕਿਸਾਨਾਂ ਦਾ ਹੋਇਆ ਨੁਕਸਾਨ। ਕੈਨੇਡਾ ਵਿੱਚ ਕੱਚਿਆਂ ਤੇ ਸਖਤੀ, ਸੈਲਾਨੀਆਂ ਨੂੰ ਕੰਮ ਕਰਦੇ ਫੜੇ ਜਾਣ ਤੇ ਕੀਤਾ ਜਾਵੇਗਾ ਰਿਪੋਰਟ। ਹਰ ਮਹੀਨੇ ਕੌਮਾਂਤਰੀ ਸਟੱਡੀ ਪਰਮਿਟਾਂ ਤੇ ਵਧੇਗੀ ਕਟੌਤੀ। ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ। ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾਤਰੀਨ ਖਬਰਾਂ ਦੇਖਣ ਲਈ ਤੁਸੀਂ ਬਣੇ ਰਹਿਣਾ ਸਾਡੇ ਨਾਲ। ਸਤਿ ਸ਼੍ਰੀ ਅਕਾਲ। ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ। ਕੰਗਣਾ ਰਣੌਤ ਦੇ ਖੇਤੀ ਕਾਨੂੰਨਾਂ ਉੱਤੇ ਵਿਵਾਦਿਤ ਬਿਆਨ ਉੱਤੇ ਬੋਲੇ ਰਾਹੁਲ ਗਾਂਧੀ, ਕਿਹਾ ਬੀਜੇਪੀ ਵਾਲੇ ਕਰ ਰਹੇ ਆਈਡੀਆ ਟੈਸਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗਿਆ ਜਵਾਬ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ NHAI ਨੂੰ ਪਾਇਲਟ ਪ੍ਰੋਜੈਕਟਾਂ ਲਈ ਲੋੜੀਂਦੀ ਜ਼ਮੀਨ ਦਾ ਕਬਜ਼ਾ ਯਕੀਨੀ ਬਣਾਉਣ ਦੇ ਦਿੱਤੇ ਹੁਕਮ। ਤਪਾ ਮੰਡੀ ਦੇ ਬੱਸ ਸਟੈਂਡ ਉੱਤੇ ਫਰੂਟ ਵਿਕਰੇਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਨੌਜਵਾਨਾਂ ਨਾਲ ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ। ਪੰਜਾਬ ਵਿੱਚ ਤੇਜ਼ ਹੋਇਆ ਪਰਾਲੀ ਸਾੜਨ ਦਾ ਸਿਲਸਿਲਾ, ਪਿਛਲੇ ਸਾਲ ਦੇ ਮੁਕਾਬਲੇ 12 ਗੁਣਾ ਵਧੇ ਮਾਮਲੇ। ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਲਵਾਰਸ ਮਹਿਲਾ ਹਵਾਲਾਤੀ ਦੀ ਹੋਈ ਮੌਤ, ਕੁਝ ਸਮੇਂ ਤੋਂ ਚੱਲ ਰਹੀ ਸੀ ਬਿਮਾਰ। ਕਸਬਾ ਕਾਨੂੰਵਾਲ ਵਿੱਚ ਪੁੱਤਰਾਂ ਨੇ 85 ਸਾਲਾ ਬਜ਼ੁਰਗ ਮਹਿਲਾ ਨੂੰ ਕੱਢਿਆ ਘਰ ਤੋਂ ਬਾਹਰ, 4 ਦਿਨ ਘਰ ਤੋਂ ਬਾਹਰ ਗਲੀ ਵਿੱਚ ਕੀਤਾ ਗੁਜ਼ਾਰਾ, ਪੁਲਿਸ ਨੇ ਮਹਿਲਾ ਨੂੰ ਵਾਪਸ ਭਿਜਵਾਇਆ ਘਰ। ਪੋਤੀ ਨਾਲ ਛੇੜਛਾੜ ਦਾ ਵਿਰੋਧ ਕਰਨ ਉੱਤੇ ਨੰਬਰਦਾਰ ਦਾ ਕਤਲ, ਅੰਮ੍ਰਿਤਸਰ ਦੇ ਸਰਹਾਲੀ ਕਲਾਂ ਦੇ ਵਸਨੀਕ ਭਗਵੰਤ ਸਿੰਘ ਦੇ ਮਾਰੀਆਂ ਗੋਲੀਆਂ। ਨਵੀਂ ਕਾਰ ਤੇ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਸੜਕ ਹਾਦਸਾ। ਅੰਮ੍ਰਿਤਸਰ ਝਵਾਰ ਰੋਡ ਤੇ ਸੂਏ ਵਿੱਚ ਡਿੱਗੀ ਕਾਰ, ਜਾਨੀ ਨੁਕਸਾਨ ਤੋਂ ਰਿਹਾ ਬਚਾ। ਚੰਡੀਗੜ੍ਹ ਸਣੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼, ਪੱਕੀ ਫਸਲ ਤੇ ਮੀਂਹ ਪੈਣ ਕਾਰਨ ਕਿਸਾਨਾਂ ਦਾ ਹੋਇਆ ਨੁਕਸਾਨ। ਕੈਨੇਡਾ ਵਿੱਚ ਕੱਚਿਆਂ ਤੇ ਸਖਤੀ, ਸੈਲਾਨੀਆਂ ਨੂੰ ਕੰਮ ਕਰਦੇ ਫੜੇ ਜਾਣ ਤੇ ਕੀਤਾ ਜਾਵੇਗਾ ਰਿਪੋਰਟ। ਹਰ ਮਹੀਨੇ ਕੌਮਾਂਤਰੀ ਸਟੱਡੀ ਪਰਮਿਟਾਂ ਤੇ ਵਧੇਗੀ ਕਟੌਤੀ। ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ। ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾਤਰੀਨ ਖਬਰਾਂ ਦੇਖਣ ਲਈ ਤੁਸੀਂ ਬਣੇ ਰਹਿਣਾ ਸਾਡੇ ਨਾਲ।